ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। 에ਅਰ ਇੰਡੀਆ ਦੀ ਉਡਾਨ ਤੇ ਬੰਬ ਦੀ ਧਮਕੀ ਤੋਂ ਬਾਅਦ ਤਿਰੂਵੰਤਪੁਰਮ ਹਵਾਈ ਅੱਡੇ ਤੇ ਹੈ ਵੱਡੀ ਐਮਰਜੈਂਸੀ ਹੈ ਜਿਹੜੀ ਪੈਦਾ ਹੋ ਗਈ ਹੈ। ਫਲਾਈਟ ਨੂੰ ਸੁਰੱਖਿਅਤ ਲੈਂਡ ਕਰਨ ਲਈ ਪਾਇਲਟ ਨੇ ਐਮਰਜੈਂਸੀ ਲੈਂਡਿੰਗ ਕਰਵਾਈ ਜਿਸ ਕਾਰਨ ਹਵਾਈ ਅੱਡੇ ਤੇ ਸੁਰੱਖਿਆ ਪ੍ਰਣਾਲੀ ਸਰਗਰਮ ਹੋ ਗਈ ਹੈ। ਦੱਸ ਦਈਏ ਕਿ ਕਰੀਬ 8 ਵਜੇ 에ਅਰ ਇੰਡੀਆ ਦੀ ਫਲਾਈਟ ਹੈ 657 ਜੋ ਕਿ ਮੁੰਬਈ ਤੋਂ ਤਿਰੂਵੰਤਪੁਰਮ ਜਾ ਰਹੀ ਸੀ ਉਸਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜੀ ਹਾਂ, ਇਸ ਤੋਂ ਬਾਅਦ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕੀਤੀ। ਫਾਇਰ ਬ੍ਰਿਗੇਡ, ਐਂਬੂਲੈਂਸ, ਸੁਰੱਖਿਆ ਕਰਮਚਾਰੀ ਰਨਵੇ ਤੇ ਤੈਨਾਤ ਸਨ। ਫਲਾਈਟ ਨੇ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕੀਤੀ ਅਤੇ ਆਈਸੋਲੇਸ਼ਨ ਬੇ ਤੇ ਲਿਜਾਇਆ ਗਿਆ। ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਫਿਰ ਬੰਬ ਸਕੁਐਡ ਅਤੇ ਡੋਗ ਸਕੁਐਡ ਨੇ ਜਹਾਜ਼ ਦੀ ਚੰਗੀ ਤਰ੍ਹਾਂ ਜਾਂਚ ਕੀਤੀ। ਚੰਗੀ ਖ਼ਬਰ ਇਹ ਹੈ, ਜਹਾਜ਼ ਵਿੱਚ ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ। ਪੁਲਿਸ ਅਤੇ CISF ਦੇ ਜਵਾਨ ਪੂਰੀ ਸੁਰੱਖਿਆ ਦੇ ਨਾਲ ਜਹਾਜ਼ ਦੀ ਤਲਾਸ਼ੀ ਲਈ ਹੁਣ ਸਾਰੇ ਯਾਤਰੀ ਬਿਲਕੁਲ ਸੁਰੱਖਿਅਤ ਨੇ। ਸੋ ਹਾਲ ਹੀ ਦੇ ਵਿੱਚ ਵਿਸਤਾਰਾ ਏਅਰਲਾਈਨ ਦੀ ਹੈ ਜਿਹੜੀ ਫਲਾਈਟ UK 966 ਨੂੰ ਵੀ ਧਮਕੀ ਮਿਲੀ ਸੀ। ਏਅਰਲਾਈਨ ਨੂੰ ਇਸ ਧਮਕੀ ਦੀ ਜਾਣਕਾਰੀ ਇੱਕ ਈਮੇਲ ਰਾਹੀਂ ਮਿਲੀ ਜਿਸ ਵਿੱਚ ਫਲਾਈਟ ਨੂੰ ਹਾਈਜੈਕ ਕਰਨ ਅਤੇ ਬੰਬ ਨਾਲ ਉਡਾਉਣ ਦੀ ਧਮਕੀ ਹੈ ਜਿਹੜੀ ਦਿੱਤੀ ਗਈ ਹੈ। ਬਿਊਰੋ ਰਿਪੋਰਟ, ਲੁਧਿਆਣਾ ਲਾਈਵ।